ਮੂਵੀ ਬਣਾ ਲਾ ਮੂਵੀ ਵਧੀਆ ਬਣ ਰਹੀ ਆ ਵਧੀਆ ਬੰਦਾ ਵਾਪਸ ਗਾਉਣ ਸਭ ਪਹੁੰਚ ਗਿਆ ਡੈਡੀ ਚਲੋ ਮਰਜਾ ਗਿੱਡਾ ਹੁੰਦਾ ਖੇਤਾਂ ਦੇ ਵਿੱਚ ਟਿਊਬਵੈਲ ਦਾ ਪਾਣੀ ਲਗਾਉਣ ਨੂੰ ਲੈ ਕੇ ਦੋ ਭਰਾ ਆਪਸ ਦੇ ਵਿੱਚ ਬੁਰੀ ਤਰ੍ਹਾਂ ਭਿੜ ਗਏ। ਇਸ ਲੜਾਈ ਦੇ ਦੌਰਾਨ ਘਸੁੰਨ ਮੁੱਕੇ ਚੱਲੇ ਇੱਕ ਦੂਜੇ ਦੇ ਕੱਪੜੇ ਤੱਕ ਫਾੜ ਦਿੱਤੇ ਤੇ ਤੇਜ਼ ਧਾਰ ਹਥਿਆਰਾਂ ਨਾਲ ਇੱਕ ਦੂਜੇ ਨੂੰ ਜ਼ਖਮੀ ਤੱਕ ਕਰ ਦਿੱਤਾ ਤੇ ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ। ਇਸ ਲੜਾਈ ਦੇ ਦੌਰਾਨ ਇੱਕ ਮਹਿਲਾ ਸਣੇ ਦੋ ਜਣੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਦਰਅਸਲ 2005 ਤੋਂ ਮੋਟਰ ਦਾ ਕਨੈਕਸ਼ਨ ਵੱਡੇ ਭਰਾ ਦੇ ਨਾਮ ਹੈ। ਦੋਵੇਂ ਭਰਾਵਾਂ ਦੇ ਵਿਚਾਲੇ ਪਹਿਲਾਂ ਤੋਂ ਹੀ ਜ਼ਮੀਨ ਅਤੇ ਪਾਣੀ ਦਾ ਝਗੜਾ ਚੱਲ ਰਿਹਾ ਸੀ ਤੇ ਵੱਡੇ ਭਰਾ ਦਾ ਨਾਮ ਭੀਮ ਸਿੰਘ ਹੈ ਤੇ ਜਦਕਿ ਛੋਟੇ ਭਰਾ ਦਾ ਨਾਮ ਜਸਵਿੰਦਰ ਸਿੰਘ ਹੈ। ਟਿਊਬਵੈਲ ਦੇ ਪਾਣੀ ਨੂੰ ਲੈ ਕੇ ਦੋਵਾਂ ਵਿਚਕਾਰ ਸਮਝੌਤਾ ਵੀ ਹੋ ਗਿਆ ਸੀ, ਪਰ ਜਦੋਂ ਛੋਟਾ ਭਰਾ ਜਸਵਿੰਦਰ ਸਿੰਘ ਪਾਣੀ ਲਗਾਉਣ ਗਿਆ ਤਾਂ ਇਹ ਦੋਵੇਂ ਭਰਾ ਆਪਸ ਦੇ ਵਿੱਚ ਭਿੜ ਜਾਂਦੇ ਨੇ, ਜਿਸ ਕਾਰਨ ਇੱਕ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਤੇ ਜਸਵਿੰਦਰ ਸਿੰਘ ਨੂੰ ਵੀ ਸੱਟਾਂ ਲੱਗਦੀਆਂ ਨੇ, ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਮਾਮਲਾ ਪਾਤੜਾ ਦੇ ਪਿੰਡ ਸ਼ਾਦੀਪੁਰ ਮੋਮੀਆਂ ਤੋਂ ਸਾਹਮਣੇ ਆਇਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਿਹੜਾ ਥੋੜਾ ਝਗੜਾ ਹੈ, ਕਿਸ ਗੱਲ ਤੇ ਹੋਇਆ? ਬੋਰ ਤੋਂ ਹੋਇਆ ਜੀ, ਬੋਰ ਸਾਡੇ ਨਾਮ ਆ ਜੀ। ਧੱਕੇ ਨਾਲ ਸਾਡੇ ਤੋਂ ਜ਼ਬਰਦਸਤੀ ਥਾਣੇਦਾਰ ਤੇ ਧਮਕੀਆਂ ਦਵਾ ਕੇ, ਥਾਣੇਦਾਰ ਤੋਂ ਵੀ ਧਮਕੀਆਂ ਦਵਾਈਆਂ ਸਾਡੇ ਤੋਂ ਧੱਕੇ ਨਾਲ ਝਗੜੇ ਨਾਲ, ਕਹਿੰਦਾ ਅਸੀਂ ਚਲਾਵਾਂਗੇ, ਤੁਸੀਂ ਦਿੱਤੇ ਕਿਉਂ ਨਹੀਂ, ਸਾਡੇ ਸੱਟਾਂ ਵੀ ਮਾਰੀਆਂ ਇਹਨਾਂ ਨੇ, ਆਹ ਸਬੂਤ ਹੈਗਾ ਸਾਡੇ ਕੋਲ। ਮੋਟਰ ਤੁਹਾਡੇ ਕਿੰਨੇ ਨਾਮ ਟਾਈਮ ਤੋਂ ਹੈ? ਨਾਮ ਜੀ 2005 ਤੋਂ ਹੀ। ਤੁਹਾਡੇ ਨਾਮ ਮੋਟਰ? ਹਾਂਜੀ ਮੋਟਰ ਹੈ। ਥੋੜਾ ਚੌਂਕੀ ਪਾਸੇ ਕੋਲ ਲੱਗਦੀ ਹੈ? ਸਤਰਾਣੇ ਜੀ, ਸਤਰਾਣੇ ਸਾਡੇ ਕੇਸ ਇਹਨਾਂ ਨੇ ਕਰਿਆ ਸੀ ਮੋਟਰ ਦਾ, ਵੀ ਸਾਨੂੰ ਸੱਬਣ ਮਾਰੀ ਹੈ ਜੀ, ਨਾਲ ਲਾਠੀ ਮਾਰੀ ਆ, ਮੇਰੇ ਘਰ ਵਾਲੇ ਦੇ ਵਾਲ ਪੱਟੇ ਬੰਦੇ ਕੁੱਟ ਰਹੇ ਆ ਤੁਹਾਨੂੰ, ਉਹ ਕੌਣ ਹੈ? ਮੇਰੀ ਭੈਣ ਅਰਪਣ ਹੋਈ ਆ, ਇੱਕ ਮੇਰੀ ਸੱਸ ਆ ਨਾਲ ਜੀ, ਉਹ ਤੁਹਾਨੂੰ ਕੁੱਟ ਰਹੇ ਆ? ਹਾਂਜੀ। ਠੀਕ ਹੈ। ਇਹ ਸਰ ਸਾਡਾ ਚੱਲਦਾ ਸੀ ਜ਼ਮੀਨ ਦਾ ਝਗੜਾ ਪਹਿਲਾਂ ਦਾ, ਅਤੇ ਉਦੋਂ ਬਾਅਦ ਥਾਣੇ ਦੇ ਵਿੱਚ ਇਹ 18 ਤਰੀਕ ਨੂੰ ਫੈਸਲਾ ਹੋ ਗਿਆ ਕਿ ਪਾਣੀ ਦਊਗਾ ਇਹ ਸਾਨੂੰ, ਪਾਣੀ ਦਾ ਝਗੜਾ ਸੀ ਬੋਰ ਦਾ। ਪਾਣੀ ਤੁਸੀਂ ਲੈਣਾ ਸੀ ਇਹਨਾਂ ਨੂੰ? ਹਾਂਜੀ। ਅੱਛਾ, ਮੋਟਰ ਕਿਹਦੇ ਨਾਮ ਹੈ? ਮੋਟਰ ਦਾ ਜੀ ਬੋਰ ਸਾਡਾ ਸਾਂਝਾ ਮਸਤਾਕੇ ਖਾਤੇ 'ਚ ਲੱਗਿਆ ਹੋਇਆ। ਮੋਟਰ ਕਿਹਦੇ ਨਾਮ ਹੈ? ਮੋਟਰ ਦਾ ਜੀ ਅਸੀਂ ਇਸ ਤੋਂ ਪੁੱਛਿਆ ਕਨੈਕਸ਼ਨ ਅਸੀਂ ਲਿਆ ਸੀ, ਮੁੱਲੋਂ ਕਿਸੇ ਦੇ ਨਾਂ ਨਹੀਂ ਹੋਇਆ ਅਜੇ ਤੱਕ, ਨਾ ਇਹਦੇ ਨਾਮ ਨਾ ਤੁਹਾਡੇ ਨਾਮ? ਹਾਂ ਜੀ, ਨਾ ਹੀ ਚੱਲ ਰਿਹਾ। ਤਾਂ ਉਸਕੇ ਬਾਅਦ ਫਿਰ ਕੀ ਹੋਇਆ, ਸਮਝੌਤਾ ਤੁਸੀਂ ਕਹਿੰਦੇ ਹੋ ਗਿਆ ਉੱਥੇ? ਹਾਂਜੀ, ਉਹ ਥਾਣੇਦਾਰ ਨੇ ਆਖਿਆ ਪਾਣੀ ਲਾਓ, ਪਾਣੀ ਲਾਉਣ ਨੂੰ ਆਖਿਆ ਅਤੇ ਅਸੀਂ ਸ਼ਾਮ ਨੂੰ ਤੁਹਾਨੂੰ, ਹਾਂਜੀ ਥਾਣੇਦਾਰ ਕਹਿੰਦਾ ਫੈਸਲਾ ਹੋ ਗਿਆ ਉੱਥੇ, ਇਹ ਮੰਨ ਗਿਆ ਉੱਥੇ ਵੀ ਠੀਕ ਹੈ ਪਾਣੀ ਆਪਣਾ ਜਿਹੜਾ ਪਾਣੀ ਬਣਦਾ ਲਾਓ ਆਪਣਾ ਪਾਣੀ, ਅਤੇ ਉਦੋਂ ਬਾਅਦ ਆਪਣਾ ਅਸੀਂ ਇਹ ਫੈਸਲਾ ਹੋਇਆ ਦੁਪਹਿਰੇ, ਅਸੀਂ ਗਏ ਹਾਂ ਸ਼ਾਮ ਨੂੰ 6 ਵਜੇ ਦੇ ਆਸ ਪਾਸ ਖੇਤ, ਅਸੀਂ ਜਾ ਕੇ ਆਪਣਾ ਬੋਰ ਦਾ ਮੂੰਹ ਘੁਮਾ ਕੇ ਵੀ ਇੱਦਾਂ ਅੱਗੇ ਲਿਫਾਫਾ ਲਾ ਕੇ ਨਾ ਪਾਣੀ ਆਪਣਾ ਲੈ ਕੇ ਜਾਣਾ ਸੀ ਲੰਬਾ, ਚਲੋ ਜੀ ਉਹ ਆਪਣਾ ਲੱਗੇ ਲਾਉਣ, ਇੰਨੇ ਤੱਕ ਤਾਂ ਇਹ ਆ ਕੇ ਭੱਜ ਗਿਆ ਕਿ ਮੇਰੇ ਪੈ ਗਈ ਗਲ, ਉਹ ਝੱਗਾ ਝੱਗਾ ਪੜਿਆ ਪਿਆ ਖੂਨ ਨਾਲ। ਇਹ ਤੁਹਾਡੇ ਕੀ ਲੱਗਦੀ ਹੈ? ਇਹ ਮੇਰੀ ਵਾਈਫ ਹੈ ਜੀ। ਨਹੀਂ ਨਹੀਂ ਉਹ ਜਿਹੜੇ ਤੁਹਾਡੇ ਦੂਜੇ ਪਾਰਟੀ ਸਾਰੇ ਯਾਰ, ਉਹ ਮੇਰੇ ਭਰਾ ਦੇ ਘਰ ਦੀ ਹੈ, ਭਰਾ ਦੇ ਘਰ ਦੀ ਜੀ। ਠੀਕ ਹੈ। ਲੜਾਈ ਤਾਂ ਅਸੀਂ, ਮੈਂ ਸੀ, ਮੇਰੀ ਵਾਈਫ ਸੀ, ਮੇਰਾ ਭਰਾ ਸੀ, ਉਹਦਾ ਮੁੰਡਾ ਸੀ ਅਤੇ ਉਹਦੀ ਜਨਾਨੀ ਸੀ, ਉਹ ਅਸੀਂ 3 ਜਣੇ, ਅਸੀਂ 2 ਜਣੇ, ਅਤੇ ਜਦੋਂ ਆ ਕੇ ਧੱਕੇ ਨਾਲ ਗਲ ਪੈ ਗਏ ਉਹ,
ਗਲ ਪਏ ਆ ਕੇ ਆ ਕੇ ਧੱਕੇ ਨਾਲ ਬਿਆਨ ਹੋ ਗਿਆ ਤੇ ਪੁਲਿਸ ਬਿਆਨ ਕਿੰਨੇ ਕੀ ਪੁਲਿਸ ਬਿਆਨ ਨਹੀਂ ਹੋਈ ਜੀ ਦਾਖਲ ਕਦੋਂ ਹੋਏ ਅਸੀਂ ਪਰਸੋਂ ਹੋਈ ਜੀ ਪਰਸੋਂ ਐਕਸਰੇ ਹੋ ਗਏ ਹਾਂਜੀ ਬਿਆਨ ਲਿਖੇ ਨਹੀਂ ਗਏ ਨਾ ਬਿਆਨ ਨਹੀਂ ਇਹ ਕਰਤਾਰਪੁਰ ਮੋਮੀਆਂ ਦੇ ਤਿੰਨ ਭਰਾ ਨੇ ਇੱਕ ਮੰਤਰੀ ਜੋ ਹੈ ਜਸਵਿੰਦਰ ਸਿੰਘ ਇੱਕ ਭੀਮ ਸਿੰਘ ਹੈ ਇਹਨਾਂ ਦਾ ਜਿਹੜਾ ਭੀਮ ਸਿੰਘ ਹੈ ਖੇਤੀਬਾੜੀ ਕਰਦਾ ਸੀ ਇਹਨਾਂ ਨੇ ਆਪਣਾ ਜਿਹੜਾ ਅਸਲ ਕਨੈਕਸ਼ਨ ਵੇਚ ਕੇ ਭੀਮ ਸਿੰਘ ਨੇ ਬਾਅਦ 'ਚ ਕਨੈਕਸ਼ਨ ਲਵਾਇਆ ਸੀ ਲੇਕਿਨ ਇਹ ਹੈਗਾ ਸੀ ਸਾਂਝਾ ਕਨੈਕਸ਼ਨ ਉਹ ਉਹਨੂੰ ਪਾਣੀ ਨੂੰ ਲੈ ਕੇ ਇਹਨਾਂ ਦਾ ਆਸ 'ਚ ਝਗੜਾ ਸੀਗਾ ਇੱਥੇ ਜਿਹੜਾ ਦੋਨਾਂ ਧਿਰਾਂ ਦਾ ਆਸ 'ਚ ਸਮਝੌਤਾ ਹੋ ਗਿਆ ਸੀਗਾ ਵੀ ਅਸੀਂ ਇੱਕ ਦੂਜੇ ਨੂੰ ਜਿਹੜਾ ਹੈ ਪਾਣੀ ਦੇ ਦਾਂਗੇ ਲੇਕਿਨ ਘਰ ਜਾ ਕੇ ਇਹਨਾਂ ਨੇ ਜਦੋਂ ਪਾਣੀ ਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਆਸ 'ਚ ਲੜਾਈ ਹੋ ਗਈ ਹੁਣ ਜਿਹੜਾ ਭੀਮ ਸਿੰਘ ਇਹਦੇ ਘਰਵਾਲੀ ਦਾਖਲਾ ਅਤੇ ਉੱਧਰੋਂ ਜਸਵਿੰਦਰ ਸਿੰਘ ਫੌਜੀ ਦਾਖਲਾ ਦੋਨਾਂ ਦੇ ਬਿਆਨ ਲਿਖਣ ਵਾਸਤੇ ਏ ਐੱਸ ਸੀ ਗਏ ਆ ਜਸਵਿੰਦਰ ਸਿੰਘ ਉਹਦੇ ਬਿਆਨ ਮੁਤਾਬਕ ਜਿਹੋ ਜਿਹੀ ਕਾਰਵਾਈ ਹੋ ਗਈ ਅਸੀਂ ਕਾਰਵਾਈ ਕਰ